ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਬਣਾਵਾਂਗੇ। ਚਲੋ ਜੀ ਵੇਖ ਲੈਂਦੇ ਹਾਂ ਇਹ ਸਬਜ਼ੀ ਕਿਵੇਂ ਬਣਦੀ ਹੈ। ਇਹ ਸਬਜ਼ੀ ਬਣਾਉਣ ਦੇ ਲਈ ਮੈਂ ਗੁਵਾਰੇ ਦੀਆਂ ਫਲੀਆਂ ਦੇ ਅਗਲੇ ਅਤੇ ਪਿਛਲੇ ਸਖਤ ਜਿਹੇ ਹਿੱਸੇ ਨੂੰ ਰਿਮੂਵ ਕਰ ਦਿੱਤਾ ਸੀ। ਇਹਨਾਂ ਨੂੰ ਮੈਂ ਪਹਿਲਾਂ ਤੋਂ ਹੀ ਡੁੰਗ ਕੇ ਰੱਖਿਆ ਹੋਇਆ ਸੀ, ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ। ਗੁਵਾਰੇ ਦੀਆਂ ਫਲੀਆਂ ਦੀ ਸਬਜ਼ੀ ਖਾਣਾ ਤਾਂ ਸਭ ਨੂੰ ਬਹੁਤ ਪਸੰਦ ਹੁੰਦਾ ਹੈ, ਪਰ ਇਸ ਦੀ ਥੋੜ੍ਹੀ ਜਿਹੀ ਕਟਿੰਗ ਕਰਨੀ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਸਾਫ਼ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਫਲੀਆਂ ਨੂੰ ਆਪਾਂ ਕੱਟ ਲਵਾਂਗੇ, ਜ਼ਿਆਦਾ ਬਰੀਕ ਵੀ ਨਹੀਂ ਕੱਟਾਂਗੇ, ਜ਼ਿਆਦਾ ਮੋਟਾ ਵੀ ਨਹੀਂ ਕੱਟਾਂਗੇ। ਇਹ ਆਪਣੀ ਇੱਛਾ ਹੁੰਦੀ ਹੈ, ਆਪਾਂ ਇਹ ਫਲੀਆਂ ਨੂੰ 1-1 ਇੰਚ ਲੰਬਾ ਵੀ ਕੱਟ ਸਕਦੇ ਹਾਂ ਅਤੇ ਇਸ ਤਰ੍ਹਾਂ ਆਪਾਂ ਇਸ ਨੂੰ ਥੋੜ੍ਹਾ ਜਿਹਾ ਬਰੀਕ ਵੀ ਕੱਟ ਸਕਦੇ ਹਾਂ। ਇੱਥੇ ਆਪਾਂ ਕੱਚੀਆਂ ਗੁਵਾਰੇ ਦੀਆਂ ਫਲੀਆਂ ਲਵਾਂਗੇ, ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸ ਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਇਸ ਤਰ੍ਹਾਂ ਆਪਾਂ ਥੋੜ੍ਹੀਆਂ ਥੋੜ੍ਹੀਆਂ ਫਲੀਆਂ ਕਰਕੇ ਇਹਨਾਂ ਨੂੰ ਕੱਟ ਲਵਾਂਗੇ। ਆਪਾਂ ਇਹਨਾਂ ਨੂੰ ਸੀਜ਼ਰ ਨਾਲ ਵੀ ਕੱਟ ਸਕਦੇ ਹਾਂ। ਆਪਾਂ ਦੇਸੀ ਗੁਬਾਰੇ ਦੀਆਂ ਫਲੀਆਂ ਲਈਆਂ ਨੇ, ਛੋਟੇ ਸਾਈਜ਼ ਦੀਆਂ ਹੁੰਦੀਆਂ ਨੇ, ਇੱਕ ਏਡੂ ਵੱਡੇ ਸਾਈਜ਼ ਦੀਆਂ ਵੀ ਹੁੰਦੀਆਂ ਨੇ ਗੁਬਾਰੇ ਦੀਆਂ ਫਲੀਆਂ। ਇਹ ਫਲੀਆਂ ਜ਼ਿਆਦਾ ਟੇਸਟੀ ਬਣਦੀਆਂ ਨੇ। ਹਰੀਆਂ ਹਰੀਆਂ ਫਰੈਸ਼ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ। ਬਹੁਤ ਘੱਟ ਸਮੇਂ ਦੇ ਵਿੱਚ ਇਹ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਔਲ ਕਰ ਦਿਓ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਵੀਡੀਓਜ਼ ਦੇਖਣ ਜਾਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ।
ਫਲੀਆਂ ਦੀ ਰੈਸਪੀ ਨੂੰ ਅਖੀਰ ਤੱਕ ਦੇਖਿਓ। ਥੋੜ੍ਹੀਆਂ ਥੋੜ੍ਹੀਆਂ ਫਲੀਆਂ ਨੂੰ ਲੈ ਕੇ ਆਪਾਂ ਕੱਟ ਲਵਾਂਗੇ। ਇਹ ਸਬਜ਼ੀ ਨੂੰ ਆਪਾਂ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹਾਂ ਅਤੇ ਨਾਸ਼ਤੇ ਦੇ ਵਿੱਚ ਵੀ ਰੋਟੀ ਪਰੌਂਠੇ ਦੇ ਨਾਲ ਖਾ ਸਕਦੇ ਹਾਂ। ਥੋੜ੍ਹੀਆਂ ਥੋੜ੍ਹੀਆਂ ਫਲੀਆਂ ਕਰਕੇ ਆਪਾਂ ਇਹਨਾਂ ਨੂੰ ਕੱਟ ਲਵਾਂਗੇ। ਇਹਨਾਂ ਨੂੰ ਕੱਟਣ 'ਤੇ ਥੋੜ੍ਹਾ ਜਿਹਾ ਸਮਾਂ ਤਾਂ ਲੱਗਦਾ ਹੈ ਪਰ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਹੁਣ ਮੈਂ ਇਸ ਤਰੀਕੇ ਦੇ ਨਾਲ ਸਾਰੀਆਂ ਫਲੀਆਂ ਨੂੰ ਕੱਟ ਲਵਾਂਗੀ। ਹੁਣ ਮੈਂ ਸਾਰੀਆਂ ਫਲੀਆਂ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਹੈ। ਹੁਣ ਆਪਾਂ ਮਸਾਲਾ ਬਣਾਵਾਂਗੇ ਸਬਜ਼ੀ ਬਣਾਉਣ ਦੇ ਲਈ। ਇੱਥੇ ਮੈਂ 6 ਪਿਆਜ਼ ਲਏ ਨੇ, ਥੋੜ੍ਹੀ ਜਿਹੀ ਲਸਣ ਲਈ ਹੈ। ਕੁੰਡੇ ਦੇ ਵਿੱਚ ਮਸਾਲਾ ਬਣਾਵਾਂਗੇ, ਉਸ ਦੇ ਲਈ ਕੁੰਡੇ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ। ਦੋ ਚਮਚ ਰੈੱਡ ਚਿੱਲੀ ਪਾਊਡਰ ਪਾਵਾਂਗੇ। ਆਪਾਂ ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਇਸ ਦੇ ਵਿੱਚ ਰੈੱਡ ਚਿੱਲੀ ਪਾਊਡਰ ਪਾਵਾਂਗੇ। ਆਪਾਂ ਇਹ ਮਸਾਲੇ ਨੂੰ ਕੁੰਡੇ ਸੋਟੇ ਦੇ ਵਿੱਚ ਬਣਾਵਾਂਗੇ। ਲਸਣ ਐਡ ਕਰਾਂਗੇ, ਲਸਣ ਨੂੰ ਕੁੱਟ ਲਵਾਂਗੇ ਨਮਕ ਮਿਰਚ ਦੇ ਵਿੱਚ। ਜੇਕਰ ਪਾਉਣੀ ਹੋਵੇ ਤਾਂ ਆਪਾਂ ਇਸ ਦੇ ਵਿੱਚ ਹਰੀ ਮਿਰਚ ਅਤੇ ਅਦਰਕ ਵੀ ਪਾ ਸਕਦੇ ਹਾਂ, ਪਰ ਅੱਜ ਆਪਾਂ ਇਸ ਨੂੰ ਹਰੀ ਮਿਰਚ ਅਤੇ ਅਦਰਕ ਤੋਂ ਬਿਨਾਂ ਬਣਾਵਾਂਗੇ। ਜਦੋਂ ਆਪਾਂ ਕੁੰਡੇ ਸੋਟੇ ਦੇ ਵਿੱਚ ਮਸਾਲਾ ਬਣਾ ਕੇ ਇਸਦੀ ਸਬਜ਼ੀ ਬਣਾਉਂਦੇ ਹਾਂ ਤਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਲਸਣ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਿਆ ਹੈ। ਹੁਣ ਇਸ ਦੇ ਵਿੱਚ ਪਿਆਜ਼ ਪਾਵਾਂਗੇ। ਪਿਆਜ਼ ਦੇ ਸਖਤ ਜਿਹੇ ਹਿੱਸੇ ਨੂੰ ਕੱਢ ਕੇ ਆਪਾਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਵਾਂਗੇ ਪਿਆਜ਼ ਨੂੰ। ਇਸ ਤਰ੍ਹਾਂ ਪਿਆਜ਼ ਨੂੰ ਕੱਟ ਲਵਾਂਗੇ। ਇਸ ਦੇ ਨਾਲ ਇਹ ਕੁੱਟਣ ਦੇ ਵਿੱਚ ਆਸਾਨੀ ਹੋਏਗੀ, ਪਿਆਜ਼ ਜਲਦੀ ਕੁੱਟਿਆ ਜਾਏਗਾ। ਵੈਸੇ ਤਾਂ ਆਪਾਂ ਇਹ ਮਸਾਲੇ ਨੂੰ ਗ੍ਰਾਇੰਡ ਕਰਕੇ ਪੀਸ ਕੇ ਵੀ ਬਣਾ ਸਕਦੇ ਸੀ, ਪਰ ਅੱਜ ਆਪਾਂ ਇਸਨੂੰ ਕੁੰਡੇ ਸੋਟੇ ਦੇ ਵਿੱਚ ਬਣਾਵਾਂਗੇ। ਪੰਜਾਬੀ ਅਤੇ ਦੇਸੀ ਤਰੀਕੇ ਦੇ ਨਾਲ ਬਣਾਵਾਂਗੇ ਸਬਜ਼ੀ ਨੂੰ। ਪਿਆਜ਼ ਅਤੇ ਲਸਣ ਨੂੰ ਮੈਂ ਛਿੱਲ ਕੇ ਧੋ ਲਿਆ ਸੀ, ਫਿਰ ਇਹ ਇਸ ਦੇ ਵਿੱਚ ਐਡ ਕੀਤਾ ਹੈ।
ਹੁਣ ਆਪਾਂ ਪਿਆਜ਼ ਨੂੰ ਇਸ ਤਰ੍ਹਾਂ ਕੱਟ ਲਿਆ ਹੈ। ਹੁਣ ਆਪਾਂ ਪਿਆਜ਼ ਨੂੰ ਇਸ ਤਰ੍ਹਾਂ ਕੱਟ ਕੇ ਕੁੱਟ ਲਵਾਂਗੇ। ਪਿਆਜ਼ ਨੂੰ ਦਰਦਰਾ ਜਿਹਾ ਕੁੱਟ ਲਵਾਂਗੇ, ਬਿਲਕੁਲ ਬਰੀਕ ਨਹੀਂ ਕੁੱਟਾਂਗੇ ਮਸਾਲੇ ਨੂੰ। ਇਸਦਾ ਦਰਦਰਾ ਜਿਹਾ ਮਸਾਲਾ ਤਿਆਰ ਕਰ ਲਵਾਂਗੇ, ਬਿਲਕੁਲ ਬਰੀਕ ਨਹੀਂ ਕਰਾਂਗੇ ਮਸਾਲੇ ਨੂੰ। ਪਿਆਜ਼ ਪਾਉਣ ਦੇ ਨਾਲ ਸਬਜ਼ੀ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ। ਅੱਜ ਆਪਾਂ ਇਹ ਸਬਜ਼ੀ ਨੂੰ ਬਹੁਤ ਹੀ ਸੌਖੇ ਅਤੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ। ਦੋ ਇੰਗਰੀਡੀਅੰਟਸ ਲਸਣ ਅਤੇ ਪਿਆਜ਼ ਪਾ ਕੇ ਆਪਾਂ ਇਸ ਨੂੰ ਵਧੀਆ ਬਣਾਵਾਂਗੇ। ਜ਼ਿਆਦਾ ਇੰਗਰੀਡੀਅੰਟਸ ਐਡ ਨਹੀਂ ਕਰਾਂਗੇ ਇਸਦੇ ਵਿੱਚ, ਫਿਰ ਵੀ ਸਬਜ਼ੀ ਬਹੁਤ ਟੇਸਟੀ ਬਣੇਗੀ। ਜੇਕਰ ਆਪਾਂ ਪਿਆਜ਼ ਨੂੰ ਪਾਉਣ ਤੋਂ ਪਹਿਲਾਂ ਇਸ ਤਰ੍ਹਾਂ ਥੋੜ੍ਹਾ ਮੋਟਾ ਕੱਟ ਲਵਾਂਗੇ ਤਾਂ ਇਸ ਨੂੰ ਕੁੱਟਣ ਦੇ ਵਿੱਚ ਆਸਾਨੀ ਹੋਏਗੀ, ਮਸਾਲਾ ਜਾਂ ਤੜਕਾ ਜਲਦੀ ਬਣ ਕੇ ਤਿਆਰ ਹੋ ਜਾਏਗਾ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਗੁਆਰੀ ਦੀਆਂ ਫਲੀਆਂ ਨੂੰ ਬਣਾਉਣ ਦੀ ਰੈਸਪੀ, ਸਨੈਕਸ ਦੀ ਰੈਸਪੀ ਅਤੇ ਕਈ ਹੋਰ ਵੀਡੀਓਜ਼ ਵੀ ਸ਼ੇਅਰ ਕੀਤੀਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਇਸ ਤਰ੍ਹਾਂ ਕੁੱਟ ਕੇ ਬਣਾਉਣ ਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਜੇਕਰ ਆਪਾਂ ਮਸਾਲੇ ਨੂੰ ਕੁੰਡੇ ਸੋਟੇ ਦੇ ਵਿੱਚ ਕੁੱਟ ਕੇ ਬਣਾਵਾਂਗੇ ਤਾਂ। ਸਾਰੇ ਪਿਆਜ਼ ਇਸ ਵਿੱਚ ਐਡ ਕਰ ਦੇਵਾਂਗੇ। ਜੇਕਰ ਫਰੈਸ਼ ਲਸਣ ਨਾ ਹੋਵੇ ਤਾਂ ਆਪਾਂ ਲਸਣ ਅਦਰਕ ਦਾ ਪੇਸਟ ਵੀ ਪਾ ਸਕਦੇ ਹਾਂ ਸਬਜ਼ੀ ਦੇ ਵਿੱਚ, ਉਸਦੇ ਨਾਲ ਵੀ ਬਹੁਤ ਵਧੀਆ ਟੇਸਟ ਆਏਗਾ ਸਬਜ਼ੀ ਦੇ ਵਿੱਚੋਂ। ਜਿੰਨੀ ਕੁ ਸਬਜ਼ੀ ਬਣਾਉਣੀ ਹੋਏਗੀ ਆਪਾਂ ਉਨੇ ਕੁ ਗੁਬਾਰੇ ਦੀਆਂ ਫਲੀਆਂ ਲੈ ਲਵਾਂਗੇ। ਫਰੈਸ਼ ਫਰੈਸ਼ ਗੁਬਾਰੇ ਦੀਆਂ ਫਲੀਆਂ ਲਵਾਂਗੇ। ਪਿਆਜ਼ ਪਹਿਲਾਂ ਨਾਲੋਂ ਥੋੜ੍ਹੇ ਬਰੀਕ ਹੋ ਚੁੱਕੇ ਨੇ, ਆਪਾਂ ਇਹਨਾਂ ਨੂੰ ਹੋਰ ਬਰੀਕ ਕਰ ਲਵਾਂਗੇ।
ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਇਸ ਤਰ੍ਹਾਂ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਫਲੀਆਂ ਦੀ ਸਬਜ਼ੀ ਆਪਾਂ ਬਣਾਉਂਦੇ ਅਤੇ ਖਾਂਦੇ ਹੀ ਰਹਿੰਦੇ ਹਾਂ। ਰੈਸਪੀ ਚੰਗੀ ਲੱਗੀ ਤਾਂ ਇੱਕ ਵਾਰ ਇਸ ਨੂੰ ਟਰਾਈ ਕਰਕੇ ਦੇਖਿਓ। ਪਿਆਜ਼ ਨੂੰ ਦਰਦਰਾ ਜਿਹਾ ਕੁੱਟ ਲਵਾਂਗੇ। ਇਸ ਤਰੀਕੇ ਦੀਆਂ ਹਰੀਆਂ ਸਬਜ਼ੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ। ਇਸ ਤਰੀਕੇ ਦੇ ਨਾਲ ਮਸਾਲਾ ਕੁੱਟ ਕੇ ਬਣਾਉਣ ਦੇ ਨਾਲ ਸਬਜ਼ੀ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ। ਮਸਾਲੇ ਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ। ਆਪਾਂ ਮਸਾਲੇ ਦੇ ਵਿੱਚ ਨਮਕ ਮਿਰਚ ਇਸ ਟਾਈਮ ਐਡ ਕੀਤੀ ਹੈ, ਆਪਾਂ ਸਬਜ਼ੀ ਬਣਾਉਣ ਵੇਲੇ ਵੀ ਐਡ ਕਰ ਸਕਦੇ ਹਾਂ ਬਾਅਦ ਦੇ ਵਿੱਚ। ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਚੈਨਲ 'ਤੇ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕੀਤੀ ਹੈ, ਤੁਸੀਂ ਉਹ ਰੈਸਪੀ ਵੀ ਦੇਖ ਸਕਦੇ ਹੋ ਜੀ। ਛੋਟੇ ਅਤੇ ਵੱਡੇ ਕਰੇਲਿਆਂ ਦੀ ਸਬਜ਼ੀ ਬਣਾਉਣ ਦੀ ਰੈਸਪੀ, ਚਲਾਈ ਦੀ ਭੁਰਜੀ ਅਤੇ ਕਈ ਹੋਰ ਰੈਸਪੀਜ਼ ਵੀ ਸ਼ੇਅਰ ਕੀਤੀਆਂ ਹਨ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ। ਹੁਣ ਆਪਾਂ ਇਸਦਾ ਦਰਦਰਾ ਜਿਹਾ ਮਸਾਲਾ ਬਣਾ ਕੇ ਤਿਆਰ ਕਰ ਲਿਆ ਹੈ। ਮਸਾਲੇ ਨੂੰ ਜ਼ਿਆਦਾ ਬਰੀਕ ਨਹੀਂ ਕਰਾਂਗੇ, ਥੋੜ੍ਹਾ ਜਿਹਾ ਦਰਦਰਾ ਹੀ ਰੱਖਾਂਗੇ। ਹੁਣ ਮਸਾਲਾ ਬਣ ਕੇ ਤਿਆਰ ਹੈ, ਹੁਣ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ। ਸਬਜ਼ੀ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਸਰ੍ਹੋਂ ਦਾ ਤੇਲ ਲਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਗੁਬਾਰੇ ਦੀਆਂ ਫਲੀਆਂ ਨੂੰ ਵੀ ਆਪਾਂ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਹੈ। ਹੁਣ ਤੇਲ ਗਰਮ ਹੋ ਚੁੱਕਿਆ ਹੈ, ਇਸ ਦੇ ਵਿੱਚ ਜੀਰਾ ਪਾਵਾਂਗੇ। ਜੀਰੇ ਨੂੰ ਥੋੜ੍ਹਾ ਜਿਹਾ ਪਕਾ ਲਵਾਂਗੇ, ਫਿਰ ਇਸ ਦੇ ਵਿੱਚ ਬਣਾਇਆ ਹੋਇਆ ਮਸਾਲਾ ਐਡ ਕਰਾਂਗੇ। ਥੋੜ੍ਹਾ ਥੋੜ੍ਹਾ ਕਰਕੇ ਇਸ ਦੇ ਵਿੱਚ ਮਸਾਲਾ ਐਡ ਕਰ ਦੇਵਾਂਗੇ ਅਤੇ ਮਸਾਲੇ ਨੂੰ ਮਿਕਸ ਕਰ ਲਵਾਂਗੇ।
ਇਸ ਤਰ੍ਹਾਂ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਇਸ ਵਿੱਚ ਮਸਾਲਾ ਐਡ ਕਰਦੇ ਜਾਵਾਂਗੇ ਅਤੇ ਇਸ ਨੂੰ ਮਿਕਸ ਕਰ ਲਵਾਂਗੇ। ਮਸਾਲੇ ਨੂੰ ਮਿਕਸ ਕਰ ਲਵਾਂਗੇ। ਮਸਾਲੇ ਨੂੰ ਮਿਕਸ ਕਰਕੇ ਪਕਾ ਲਵਾਂਗੇ। ਮਸਾਲੇ ਨੂੰ ਮਿਕਸ ਕਰਕੇ ਆਪਾਂ ਇਸ ਨੂੰ ਥੋੜ੍ਹੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਪੱਕ ਜਾਏ। ਆਪਾਂ ਇਸ ਟਾਈਮ ਵੀ ਮਸਾਲੇ ਦੇ ਵਿੱਚ ਹੋਰ ਮਸਾਲੇ ਜਿਵੇਂ ਹਲਦੀ ਪਾਊਡਰ ਵਗੈਰਾ ਐਡ ਕਰ ਸਕਦੇ ਸੀ, ਨਮਕ ਤਾਂ ਆਪਾਂ ਇਸ ਦੇ ਵਿੱਚ ਪਾਇਆ ਹੀ ਹੋਇਆ ਹੈ, ਪਰ ਆਪਾਂ ਅੱਗੇ ਜਾ ਕੇ ਸਬਜ਼ੀ ਦੇ ਵਿੱਚ ਮਸਾਲੇ ਐਡ ਕਰਾਂਗੇ। ਹੁਣ ਆਪਾਂ ਤੜਕੇ ਨੂੰ ਇੱਕ ਵਾਰ ਹਿਲਾ ਲਵਾਂਗੇ। ਤੜਕੇ ਜਾਂ ਮਸਾਲੇ ਨੂੰ ਮਿਕਸ ਕਰ ਲਵਾਂਗੇ। ਥੋੜ੍ਹਾ ਜਿਹਾ ਪਕਾਉਣ ਤੋਂ ਬਾਅਦ ਆਪਾਂ ਇਸ ਮਸਾਲੇ ਦੇ ਵਿੱਚ ਗਵਾਰੇ ਦੀਆਂ ਫਲੀਆਂ ਐਡ ਕਰਾਂਗੇ। ਸਾਰੀਆਂ ਗਵਾਰੇ ਦੀਆਂ ਫਲੀਆਂ ਐਡ ਕਰ ਦੇਵਾਂਗੇ। ਫਲੀਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਲੀਆਂ ਨੂੰ ਮਸਾਲੇ ਦੇ ਵਿੱਚ। ਫਲੀਆਂ ਨੂੰ ਮਿਕਸ ਕਰਕੇ ਪਕਾ ਲਵਾਂਗੇ। ਵੈਸੇ ਤਾਂ ਸਬਜ਼ੀ ਨੂੰ ਬਣਾਉਣ ਦੇ ਅਲੱਗ ਅਲੱਗ ਤਰੀਕੇ ਨੇ, ਪਰ ਅੱਜ ਮੈਂ ਤੁਹਾਡੇ ਨਾਲ ਆਪਣੀ ਗੁਬਾਰੇ ਦੀਆਂ ਫਲੀਆਂ ਨੂੰ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ। ਹੁਣ ਆਪਾਂ ਫਲੀਆਂ ਨੂੰ ਮਿਕਸ ਕਰਕੇ ਥੋੜ੍ਹੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ। ਇਸੇ ਤਰ੍ਹਾਂ ਪਕਾ ਲਵਾਂਗੇ ਥੋੜ੍ਹੀ ਦੇਰ। ਹੁਣ ਆਪਾਂ ਸਬਜ਼ੀ ਨੂੰ ਹਿਲਾ ਲਵਾਂਗੇ। ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਆਪਾਂ ਸਬਜ਼ੀ ਨੂੰ ਦੁਬਾਰਾ ਢੱਕ ਕੇ ਪਕਾ ਲਵਾਂਗੇ। ਵਿੱਚ ਵਿੱਚ ਦੀ ਆਪਾਂ ਸਬਜ਼ੀ ਨੂੰ ਹਿਲਾਉਂਦੇ ਰਵਾਂਗੇ। ਤੁਸੀਂ ਦੇਖ ਸਕਦੇ ਹੋ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕੀਤਾ ਸੀ, ਫਲੀਆਂ ਨੇ ਪਾਣੀ ਛੱਡ ਦਿੱਤਾ ਹੈ। ਹੁਣ ਆਪਾਂ ਫਲੀਆਂ ਨੂੰ ਥੋੜ੍ਹੀ ਦੇਰ ਦੇ ਲਈ ਇਸੇ ਤਰ੍ਹਾਂ ਬਿਨਾਂ ਢੱਕੇ ਤੋਂ ਪਕਾ ਲਵਾਂਗੇ। ਫਿਰ ਇਸ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ। ਹਲਦੀ ਪਾਊਡਰ ਐਡ ਕਰਾਂਗੇ। ਇੱਥੇ ਮੈਂ 2 ਚਮਚ ਹਲਦੀ ਪਾਊਡਰ ਐਡ ਕੀਤਾ ਹੈ। 1 ਛੋਟਾ ਚਮਚ ਗਰਮ ਮਸਾਲਾ ਪਾਵਾਂਗੇ। ਇੱਕ ਛੋਟਾ ਚਮਚ ਹੋਰ ਗਰਮ ਮਸਾਲਾ ਐਡ ਕਰਾਂਗੇ। ਆਪਾਂ ਇਸ ਦੇ ਵਿੱਚ ਪਾਉਣਾ ਹੋਵੇ ਤਾਂ ਧਨੀਆ ਪਾਊਡਰ ਵੀ ਐਡ ਕਰ ਸਕਦੇ ਹਾਂ, ਪਰ ਮੈਂ ਨਹੀਂ ਕਰਾਂਗੀ।
ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਜੋ ਮਸਾਲੇ ਆਪਾਂ ਇਸ ਵਿੱਚ ਐਡ ਕੀਤੇ ਨੇ ਹੋਮਮੇਡ ਮਸਾਲੇ ਨੇ, ਜੇਕਰ ਆਪਾਂ ਇਹਨਾਂ ਨੂੰ ਐਡ ਕਰ ਲਵਾਂਗੇ ਤਾਂ ਹੋਰ ਮਸਾਲਿਆਂ ਦੀ ਜ਼ਰੂਰਤ ਨਹੀਂ ਪਏਗੀ, ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਪਏਗੀ ਸਬਜ਼ੀ ਦੇ ਵਿੱਚ। ਆਪਾਂ ਇਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਗਰਮ ਮਸਾਲੇ ਐਡ ਕੀਤੇ ਨੇ, ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਰੈੱਡ ਚਿੱਲੀ ਪਾਊਡਰ ਅਤੇ ਨਮਕ ਤਾਂ ਆਪਾਂ ਕੁੰਡੇ ਦੇ ਵਿੱਚ ਹੀ ਐਡ ਕਰ ਦਿੱਤਾ ਸੀ ਜਦੋਂ ਆਪਾਂ ਤੜਕਾ ਜਾਂ ਮਸਾਲਾ ਤਿਆਰ ਕੀਤਾ ਸੀ। ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਬਣਾਵਾਂਗੇ ਤਾਂ। ਹੁਣ ਆਪਾਂ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ, ਵਿੱਚ ਵਿੱਚ ਦੀ ਆਪਾਂ ਸਬਜ਼ੀ ਨੂੰ ਹਿਲਾਉਂਦੇ ਰਵਾਂਗੇ। ਬਹੁਤ ਘੱਟ ਟਾਈਮ ਦੇ ਵਿੱਚ ਅਤੇ ਬਹੁਤ ਘੱਟ ਮਸਾਲਿਆਂ ਦੇ ਨਾਲ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ। ਆਪਾਂ ਇਹ ਸਬਜ਼ੀ ਨੂੰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਵਾਂਗੇ। ਥੋੜ੍ਹੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਸਬਜ਼ੀ ਨੂੰ ਇਸ ਤਰ੍ਹਾਂ ਬਿਨਾਂ ਢੱਕੇ ਤੋਂ ਪਕਾ ਲਵਾਂਗੇ। ਇਸ ਤਰੀਕੇ ਦੇ ਨਾਲ ਜੇਕਰ ਸਬਜ਼ੀ ਦੇ ਵਿੱਚ ਪਾਣੀ ਹੋਏਗਾ ਤਾਂ ਉਹ ਸੁੱਕ ਜਾਏਗਾ। ਜੇਕਰ ਆਪਾਂ ਸਬਜ਼ੀ ਨੂੰ ਇਸ ਤਰ੍ਹਾਂ ਪਕਾ ਲਵਾਂਗੇ ਤਾਂ ਸਬਜ਼ੀ ਬਣ ਕੇ ਤਿਆਰ ਹੈ। ਗਰਮ ਗਰਮ ਟੇਸਟੀ ਸਬਜ਼ੀ ਨੂੰ ਸਰਵ ਕਰ ਲਵਾਂਗੇ। ਇਹ ਸਬਜ਼ੀ ਰੋਟੀ ਜਾਂ ਪਰੌਂਠੇ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਇਹ ਸੁੱਕੀ ਸਬਜ਼ੀ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਅਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬਹੁਤ ਘੱਟ ਸਮਾਨ ਦੇ ਨਾਲ ਇਹ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ।